ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ, ਟਿਵਾਣਾ ਸੀਡ ਸਟੋਰ ਤੋਂ, ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ, ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰੀਏ, ਉਸ ਤੋਂ ਪਹਿਲਾਂ ਮੈਂ ਦੋ ਚਾਰ ਮਹੱਤਵਪੂਰਨ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਤੁਹਾਡੇ ਨਾਲ, ਅਤੇ ਤੁਸੀਂ ਮਾੜਾ ਜਿਹਾ ਧਿਆਨ ਨਾਲ ਸੁਣਿਓ ਜੀ। ਅਤੇ ਅਸਲ ਦੇ ਵਿੱਚ ਜਿਹੜੀਆਂ ਵੀਡੀਓਜ਼ ਆਪਾਂ ਪਾਉਂਦੇ ਹਾਂ, ਅਤੇ ਉਹਨਾਂ ਵੀਡੀਓਜ਼ ਦੇ ਵਿੱਚ ਤਕਰੀਬਨ ਤਕਰੀਬਨ ਜਿਸ ਵਿਸ਼ੇ 'ਤੇ ਆਪਾਂ ਵੀਡੀਓ ਪਾਉਂਦੇ ਹਾਂ, ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਆਪਾਂ ਕਲੀਅਰ ਕੀਤੀਆਂ ਹੁੰਦੀਆਂ ਨੇ। ਹੁਣ ਉਦਾਹਰਣ ਦੇ ਤੌਰ 'ਤੇ ਮੈਂ ਜਿਹੜੀ ਵੀਡੀਓ ਬਣਾ ਕੇ ਪਾਈ ਸੀਗੀ, ਦੋ ਵੀਡੀਓਜ਼ ਪਾਈਆਂ ਨੇ ਮੈਂ। ਪਹਿਲਾਂ ਵੀਡੀਓ ਪਾਈ ਸੀ ਆਪਾਂ ਨੇ 4 ਜਾਂ 5 ਦਸੰਬਰ ਨੂੰ ਪਾਈ ਸੀਗੀ, ਕਿ ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਬਿਨਾਂ ਸਨਕੋਰ ਤੋਂ ਗੁੱਲੀ ਡੰਡੇ ਨੂੰ ਆਪਾਂ ਕਿਵੇਂ ਕਾਬੂ ਕਰ ਸਕਦੇ ਹਾਂ। ਅਤੇ ਪਹਿਲੀ ਗੱਲ ਤਾਂ ਆਪਾਂ ਉਹਦੇ ਵਿੱਚ ਸਾਰੀ ਗੱਲ ਕਲੀਅਰ ਇਹ ਕੀਤੀ ਸੀ ਵੀ ਕਦੋਂ ਆਪਾਂ ਨੇ ਸਪਰੇ ਕੀਤਾ ਜੀ, ਅਤੇ ਕਿੰਨੇ ਦਿਨਾਂ ਬਾਅਦ ਪਾਣੀ ਲੱਗਿਆ, ਕੀ ਡੋਜ਼ ਪਾਈ ਹੈ, ਸਾਰਾ ਕੁਝ A to Z ਉਹਦੇ ਵਿੱਚ ਕਲੀਅਰ ਸੀਗਾ। ਅਤੇ ਉਸੇ ਵੀਡੀਓ ਦੇ ਨੀਚੇ ਜਿਹੜੇ ਕਮੈਂਟ ਨੇ ਉਹ ਮੈਂ ਤੁਹਾਨੂੰ ਦਿਖਾਉਣਾ ਇੱਥੇ, ਤਾਂ ਤੁਸੀਂ ਖੁਦ ਦੇਖੋ ਵੀ ਇਹ ਮੈਨੂੰ ਸਮਝ ਨਹੀਂ ਆਈ ਵੀ ਵੀਡੀਓ ਦੇ ਵਿੱਚ ਆਪਾਂ ਸ਼ੁੱਧ ਪੰਜਾਬੀ ਦੇ ਵਿੱਚ ਗੱਲ ਕੀਤੀ ਹੋਈ ਹੈ, ਹੌਲੀ ਹੌਲੀ ਆਪਾਂ ਟਿਕਾਈ ਨਾਲ ਬੋਲ ਕੇ ਗੱਲ ਕੀਤੀ ਹੈ, ਅਤੇ ਫਿਰ ਵੀ ਬੰਦੇ ਕਮੈਂਟ ਦੇਖ ਲਓ ਤੁਸੀਂ ਆਪਣੇ ਆਪ ਹੀ ਕਿ ਕੀ ਪੁੱਛ ਰਹੇ ਨੇ ਬੰਦੇ ਵੀ ਬਾਈ ਜੀ ਕੋਰ ਤੇ ਕੀਤੀ ਸੀਗੀ, ਬਾਈ ਜੀ ਡੋਜ਼ ਕਿੰਨੀ ਪਾਈ ਸੀਗੀ, ਵੀ ਬਾਈ ਜੀ ਇਹਨਾਂ ਨੂੰ ਮਿਕਸ ਕਰਕੇ ਕਰ ਸਕਦੇ ਹਾਂ ਅਸੀਂ। ਅਤੇ ਜਿਹੜੀਆਂ ਚੀਜ਼ਾਂ ਆਪਾਂ ਕਲੀਅਰ ਹੀ ਕਰਤੀਆਂ, ਇੱਕ ਤਾਂ ਬੰਦਾ ਹੁੰਦਾ ਹੈ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਵੀ ਇਹ ਸਪਰੇ ਆਪਾਂ ਕਰ ਸਕਦੇ ਹਾਂ, ਅਤੇ ਉਹਦੇ ਵਿੱਚ ਸਵਾਲ ਇੱਦਾਂ ਦੇ ਠੀਕ ਹੈ ਜਾਇਜ਼ ਨੇ। ਅਤੇ ਇੱਕ ਆਪਾਂ ਦੱਸ ਰਹੇ ਹਾਂ ਕਿ ਮੈਂ ਕੀਤੀ ਹੈ ਇਹ ਸਪਰੇ, ਅਤੇ ਇਸ ਤਰੀਕੇ ਨਾਲ ਇਹ ਕੀਤੀ ਹੈ, ਫਿਰ ਵੀ ਆਪਾਂ ਉਹੀ ਕੁਐਸਚਨਿੰਗ ਦੁਬਾਰਾ ਕਰਨੀ, ਅਤੇ ਉਹਦੇ ਵਿੱਚ ਕੁਛ ਕੁ ਵਧੀਆ ਕੁਐਸਚਨ ਕੀਤੇ ਹੋਏ ਸੀਗੇ ਵੀਰਾਂ ਨੇ, ਦੋ ਚਾਰ ਨੇ ਉਹਨਾਂ ਨੇ ਆਪਣਾ ਤਜਰਬਾ ਸ਼ੇਅਰ ਕੀਤਾ ਸੀ ਕਿ ਪਿਛਲੇ ਸਾਲ ਇਹ ਗੁੱਲੀ ਡੰਡਾ ਪੀਲਾ ਪੈ ਕੇ ਇਹ ਦੁਬਾਰਾ ਹਰਾ ਹੋ ਗਿਆ ਸੀਗਾ ਜੀ, ਵੀ ਇਹ ਤਾਂ ਫੇਲ ਤਰੀਕਾ ਹੈ। ਅਤੇ ਚਲੋ ਮੈਨੂੰ ਤਾਂ ਪਤਾ ਸੀਗਾ ਕਿ ਇਹ ਨਹੀਂ ਦੁਬਾਰਾ ਹਰਾ ਹੋਣਾ, ਤਾਂ ਫਿਰ ਵੀ ਮੈਂ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਵੀਰ ਜੀ, ਅਗਰ ਇਦਾਂ ਦੀ ਗੱਲ ਹੁੰਦੀ ਹੈ ਤਾਂ ਆਪਾਂ ਉਦਾਂ ਦਾ ਹੀ ਰਿਜ਼ਲਟ ਦਿਖਾਵਾਂਗੇ ਵੀ ਹਾਂ ਇਹ ਹਰਾ ਹੋ ਗਿਆ। ਅਤੇ ਪਰ ਫਿਰ ਮੈਂ 15 ਤਰੀਕ ਨੂੰ ਵੀਡੀਓ ਬਣਾ ਕੇ ਪਾਈ, ਉਹਦੇ ਵਿੱਚ ਆਪਾਂ ਨੇ ਬਿਲਕੁਲ ਸਪਸ਼ਟ ਦਿਖਾਇਆ ਵੀਡੀਓ ਦੇ ਵਿੱਚ ਕਿ ਕੋਈ ਗੁੱਲੀ ਡੰਡਾ ਹਰਾ ਨਹੀਂ ਹੋਇਆ, ਸਾਰੇ ਦਾ ਸਾਰਾ ਪਰਾਲ ਬਣ ਗਿਆ ਸੀਗਾ, ਉਹਦਾ ਫੂਸ ਬਣ ਗਿਆ ਸੀ ਗੁੱਲੀ ਡੰਡੇ ਦਾ। ਅਤੇ ਉਹ ਵੀਡੀਓ ਦੇ ਨੀਚੇ ਫਿਰ ਉਦਾਂ ਦੀ ਕੁਐਸਚਨ, ਅਤੇ ਪਹਿਲਾਂ ਮੈਂ ਇਹ ਚੀਜ਼ ਸੋਚਦਾ ਹੁੰਦਾ ਸੀਗਾ ਜਦੋਂ ਆਪਣੇ ਕੋਲ ਕਿਸਾਨ ਵੀਰ ਬੀਜ ਲੈਣ ਆਉਂਦੇ ਨੇ, ਤਾਂ ਸਾਰੇ ਤਾਂ ਨਹੀਂ ਮੈਂ ਕਹਿੰਦਾ, ਅਤੇ 50% ਘੱਟੋ ਘੱਟ ਇੱਦਾਂ ਦੇ ਹੁੰਦੇ ਆ ਕਿ ਹਰ ਸਾਲ ਆਪਣੇ ਤੋਂ ਉਹ ਬੀਜ ਲੈ ਕੇ ਜਾਂਦੇ ਆ, ਹਰ ਸਾਲ ਉਹ ਇਹ ਚੀਜ਼ ਪੁੱਛ ਕੇ ਜਾਂਦੇ ਆ ਵੀ ਕਿੰਨਾ ਬੀਜ ਪਾਈਏ ਅਤੇ ਪਨੀਰੀ ਕਿਵੇਂ ਬੀਜੀਏ। ਉਹ ਚਲੋ ਆਪਾਂ ਦੱਸਦੇ ਹਾਂ, ਆਪਾਂ ਨੂੰ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਸਾਲ ਦੀ ਗੱਲ ਹੋ ਗਈ ਅਤੇ ਨਹੀਂ ਬੰਦੇ ਦੇ ਯਾਦ ਰਹਿੰਦਾ, ਪਰ ਇਹ ਚੀਜ਼ਾਂ ਆਪਣੇ ਯਾਦ ਰਹਿਣੀਆਂ ਜ਼ਰੂਰੀ ਨੇ ਫਿਰ ਵੀ। ਅਤੇ ਪਰ ਮੈਂ ਹੈਰਾਨ ਇਸ ਗੱਲ ਤੋਂ ਵੀ ਜਿਹੜੀ ਵੀਡੀਓ ਆਪਾਂ ਤੁਰੰਤ ਦੇਖ ਰਹੇ ਹਾਂ ਅਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ ਉਹੀ ਚੀਜ਼ਾਂ ਆਪਾਂ ਦੁਬਾਰਾ ਦੁਬਾਰਾ ਕਮੈਂਟਾਂ ਦੇ ਵਿੱਚ ਪੁੱਛੀ ਜਾ ਰਹੇ ਹਾਂ। ਇੱਥੋਂ ਆਪਾਂ ਨੂੰ ਪਤਾ ਚੱਲਦਾ ਕਿ ਆਪਣਾ ਜਾਂ ਤਾਂ ਧਿਆਨ ਨਾਲ ਵੀਡੀਓ ਨਹੀਂ ਦੇਖਦੇ ਜਾਂ ਫਿਰ ਵੀਡੀਓ ਦੇਖਦੇ ਹੀ ਨਹੀਂ ਹੈਗੇ, ਵੀ ਆਪਾਂ ਨੇ ਇਕੱਲਾ ਥੰਬਨੇਲ ਦੇਖ ਲਿਆ ਅਤੇ ਆਪਾਂ ਸਿੱਧੇ ਕੁਐਸਚਨਿੰਗ 'ਤੇ ਆ ਜਾਂਦੇ ਹਾਂ, ਆਪਾਂ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਹਾਂ, ਹੈ ਨਾ। ਅਤੇ ਸਵਾਲ ਕਰਨੇ ਕੋਈ ਗਲਤ ਨਹੀਂ ਹੈਗੇ, ਪਰ ਸਵਾਲ ਉਹ ਕਰੋ ਜਿਨ੍ਹਾਂ ਦਾ ਜਵਾਬ ਵੀਡੀਓ ਦੇ ਵਿੱਚੋਂ ਨਹੀਂ ਮਿਲ ਰਿਹਾ, ਜਾਂ ਫਿਰ ਤੁਸੀਂ ਆਪਣੇ ਜਿਹੜੇ ਤਜਰਬੇ ਨੇ ਕੀਤੇ ਹੋਏ ਉਹ ਤੁਸੀਂ ਸ਼ੇਅਰ ਕਰੋ, ਅਤੇ ਜੇ ਕੋਈ ਅਸਫਲ ਰਿਹਾ ਤਜਰਬਾ ਜਾਂ ਸਫਲ ਰਿਹਾ ਜੋ ਵੀ ਰਿਹਾ ਹੋਵੇ ਆਪਣੇ ਤਜਰਬੇ ਸ਼ੇਅਰ ਕਰੋ, ਇਸ ਤਰ੍ਹਾਂ ਦੀ ਡਿਸਕਸ਼ਨ ਹੋਣੀ ਚਾਹੀਦੀ ਹੈ। ਅਤੇ ਮੇਰੇ ਕੋਲ ਫੋਨ ਕਾਲਸ ਵੀ ਘੱਟੋ ਘੱਟ 15-20 ਡੇਲੀ ਉਸੇ ਵੀਡੀਓ ਦੇ ਸੰਬੰਧ ਦੇ ਵਿੱਚ ਉਹੀ ਕੁਐਸਚਨਿੰਗ ਹੁੰਦੀ ਹੈ ਜਿਹੜੀਆਂ ਆਪਾਂ ਗੱਲਾਂ ਕਲੀਅਰ ਕਰ ਚੁੱਕੇ ਹਾਂ ਵੀਡੀਓਜ਼ ਦੇ ਵਿੱਚੋਂ। ਆਪਣੇ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਹੁੰਦਾ ਹੈ ਵੀ ਕੂੰ ਤਾਂ ਚਲੋ ਜਿਹੜੇ ਬੰਦਿਆਂ ਦੀ ਆਪਣੇ ਤੱਕ ਅਪਰੋਚ ਹੈਗੀ ਆ ਜਾਂ ਸਾਡੀ ਅਪਰੋਚ ਜਿਨ੍ਹਾਂ ਤੱਕ ਹੈਗੀ ਹੈ ਉਹਨਾਂ ਨੂੰ ਆਪਾਂ ਆਪਣੇ ਤਜਰਬੇ ਦੱਸਦੇ ਰਹਿੰਦੇ ਹਾਂ ਫੋਨ 'ਤੇ ਵੀ, ਅਤੇ ਆਪਣੇ ਕੋਲ ਉਰੇ ਵਿਜ਼ਿਟ ਵੀ ਕਰਦੇ ਨੇ ਜਦੋਂ ਸਟੋਰ ਦੇ ਉੱਤੇ।
ਤੇ ਆਪਾਂ ਨੂੰ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਜਿਹੜਾ ਬੰਦਾ ਆਪਣੇ ਬਹੁਤ ਜ਼ਿਆਦਾ ਦੂਰ ਬੈਠਾ ਹੈ ਵੀ ਉਹਨਾਂ ਨੂੰ ਵੀ ਆਪਾਂ ਜਿਹੜੇ ਆਪਣੇ ਤਜਰਬੇ ਨੇ ਉਹ ਸ਼ੇਅਰ ਕਰ ਸਕੀਏ। ਤੇ ਪਰ ਮੈਨੂੰ ਸਮਝ ਤੋਂ ਬਾਹਰ ਹੈ ਇਹ ਗੱਲ ਵੀ, ਪਤਾ ਨਹੀਂ ਕੀ ਕਾਰਨ ਹੈ ਕੀ ਨਹੀਂ ਕਾਰਨ ਹੈ, ਪਰ ਆਪਾਂ ਨੂੰ ਇਹ ਜਿਹੜੀ ਆਪਣੀ ਸੋਚ ਹੈ ਜਾਂ ਅਪਰੋਚ ਹੈ ਇਹਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹਰ ਵਾਰ ਆਪਾਂ ਕੋਈ ਵੀ ਨਵਾਂ ਤਜਰਬਾ ਕਰਦੇ ਹਾਂ ਆਪਣੇ ਖੇਤ ਦੇ ਵਿੱਚ ਤਾਂ ਆਪਾਂ ਨੂੰ ਉਹਦਾ ਰਿਕਾਰਡ ਰੱਖਣਾ ਚਾਹੀਦਾ ਜੀ ਕਿ ਅਸੀਂ ਇਸ ਹਿਸਾਬ ਨਾਲ ਬੀਜੀ ਸੀ ਤਾਂ ਇਹ ਰਿਜ਼ਲਟ ਰਿਹਾ, ਇਸ ਹਿਸਾਬ ਨਾਲ ਸਪਰੇਅ ਕੀਤਾ ਸੀ ਤਾਂ ਇਹ ਰਿਜ਼ਲਟ ਰਿਹਾ, ਅਤੇ ਉਹਨਾਂ ਚੀਜ਼ਾਂ ਨੂੰ ਹੀ ਆਪਾਂ ਤਜਰਬਾ ਕਹਿੰਦੇ ਹਾਂ, ਅਤੇ ਨਹੀਂ ਤਾਂ ਫਿਰ ਕੋਈ ਤਜਰਬੇ ਦਾ ਮਕਸਦ ਨਹੀਂ ਰਹਿ ਜਾਂਦਾ। ਤਜਰਬੇ ਦਾ ਮਤਲਬ ਹੀ ਇਹੀ ਹੁੰਦਾ ਨਾ ਵੀ ਆਪਾਂ ਇੱਕ ਵਾਰ ਕੋਈ ਚੀਜ਼ ਸੀਗੀ ਆਪਾਂ ਨੂੰ ਵੀ ਪ੍ਰੋਬਲਮ ਆਈ, ਆਪਾਂ ਨੇ ਚਾਹੇ ਆਪਣੇ ਵੱਲੋਂ ਜਾਂ ਆਪਾਂ ਇੱਧਰੋਂ ਉੱਧਰੋਂ ਪੁੱਛ ਪੱਛ ਕੇ ਕਿੱਧਰੋਂ ਵੀ ਉਸਦਾ ਸਲਿਊਸ਼ਨ ਕੀਤਾ, ਅਤੇ ਅਗਲੇ ਸਾਲ ਅਗਰ ਆਪਾਂ ਨੂੰ ਪਹਿਲਾਂ ਤਾਂ ਉਹ ਪ੍ਰੋਬਲਮ ਆਉਣੀ ਨਹੀਂ ਚਾਹੀਦੀ, ਅਤੇ ਚਲੋ ਆ ਵੀ ਗਈ ਤਾਂ ਆਪਾਂ ਉਹਦਾ ਸਲਿਊਸ਼ਨ ਕਰ ਸਕੀਏ, ਅਤੇ ਫਿਰ ਆਪਾਂ ਨੂੰ ਹੋਰ ਇੱਦਾਂ ਨਾ ਇੱਧਰ ਉੱਧਰ ਭੱਜਣਾ ਪਵੇ ਵੀ ਆਪਾਂ ਇਹਦਾ ਕੀ ਕਰੀਏ। ਇਹੀ ਚੀਜ਼ਾਂ ਨੂੰ ਆਪਾਂ ਤਜਰਬਾ ਕਹਿੰਦੇ ਹਾਂ, ਇਹੀ ਤਜਰਬਾ ਹੁੰਦਾ ਜੀ। ਅਤੇ ਖੈਰ ਜਿਵੇਂ ਇੱਛਾ ਹੋਊਗਾ ਅਗਲੇ ਦੀ ਤਾਂ ਉਸ ਹਿਸਾਬ ਨਾਲ ਅੱਗੇ ਚੱਲੂਗਾ ਜੀ, ਅਤੇ ਆਪਾਂ ਕਿਸੇ ਦੇ ਕੋਈ ਇੱਦਾਂ ਨਹੀਂ ਹੁੰਦਾ ਵੀ ਆਪਾਂ ਘੋਲ ਕੇ ਕੁਛ ਪਿਲਾ ਦੇਵਾਂਗੇ ਅਤੇ ਬੰਦਿਆਂ ਦੇ ਜਿਹੜੇ ਦਿਮਾਗ ਨੇ ਉਹ ਇਸ ਟਾਈਪ ਨਾਲ ਖੁੱਲ੍ਹਣਗੇ ਜਾਂ ਨਹੀਂ ਖੁੱਲ੍ਹਣਗੇ, ਅਤੇ ਆਪਣੀ ਆਪਣੀ ਆਪਾਂ ਨੇ ਪਰਸਨੈਲਿਟੀ ਆ ਜਿਹੜੀ ਡਿਵੈਲਪ ਕਰਨੀ ਹੁੰਦੀ ਹੈ, ਅਤੇ ਇੱਥੋਂ ਆਪਣੀ ਇਮੇਜ ਬਣਦੀ ਹੈ ਵੀ ਆਪਾਂ ਆਪਣੇ ਤਜਰਬਿਆਂ ਤੋਂ ਸਿੱਖਦੇ ਹਾਂ ਜਾਂ ਨਹੀਂ ਸਿੱਖਦੇ ਹਾਂ ਜਾਂ ਦੂਜਿਆਂ ਦੇ ਤਜਰਬਿਆਂ ਤੋਂ ਸਿੱਖਦੇ ਹਾਂ, ਜੋ ਵੀ ਗੱਲਬਾਤ ਹੈ ਨਾ। ਅਤੇ ਚਲੋ ਆਪਾਂ ਹੁਣ ਗੱਲ ਕਰਦੇ ਹਾਂ ਜਿਹੜੇ ਚੀਜ਼ ਵਾਸਤੇ ਆਪਾਂ ਨੇ ਵੀਡੀਓ ਅੱਜ ਦੀ ਬਣਾਈ ਹੈ, ਇਹ ਤਾਂ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿ ਬਹੁਤ ਜ਼ਿਆਦਾ ਜਿਹੜਾ ਕੋਰਾ ਹੈਗਾ ਕੱਕਰ ਜਿਹੜਾ ਹੈਗਾ ਇਹ ਹੁਣ ਪੈ ਰਿਹਾ, ਕੱਲ੍ਹ ਵੀ ਪਿਆ ਸੀਗਾ ਅਤੇ ਅੱਜ ਉਸ ਤੋਂ ਵੀ ਜ਼ਿਆਦਾ ਸੀਗਾ, ਸੋ ਇਸ ਕਰਕੇ ਆਪਾਂ ਨੂੰ ਕੁਛ ਕੁ ਫਸਲਾਂ ਨੇ ਜਿਹੜੀਆਂ ਜਿਹੜੀਆਂ ਤਾਂ ਕਣਕਾਂ ਨੂੰ ਪਾਣੀ ਲੱਗ ਚੁੱਕੇ ਨੇ ਦੇਖੋ, ਅਤੇ ਨੀਚੋਂ ਜ਼ਮੀਨ ਗਿੱਲੀ ਹੈ, ਉਹਨਾਂ ਵਾਸਤੇ ਇਹ ਜਿਹੜਾ ਕੋਰਾ ਹੈ ਉਹ ਕੋਈ ਨੁਕਸਾਨ ਨਹੀਂ ਕਰੂਗਾ, ਸਗੋਂ ਜਿੰਨੀ ਠੰਡ ਪਊਗੀ ਕਣਕਾਂ ਨੂੰ ਉਨਾ ਹੀ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ। ਪਰ ਜੇ ਆਪਾਂ ਨੇ ਪਾਣੀ ਲਾ ਵੀ ਦਿੱਤਾ ਹੈ ਅਤੇ ਹੁਣ ਜ਼ਮੀਨ ਹੇਠਾਂ ਤੋਂ ਹੋ ਚੁੱਕੀ ਹੈ ਖੁਸ਼ਕ, ਅਤੇ ਜਾਂ ਆਪਾਂ ਨੇ ਲੇਟ ਕਣਕ ਬੀਜੀ ਹੋਈ ਹੈ ਉਹਨੂੰ ਪਾਣੀ ਪੂਣੀ ਲੱਗਣ ਵਾਲਾ ਹੈ, ਤਾਂ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ, ਹੁਣ ਉਡੀਕ ਨਹੀਂ ਕਰਨੀ ਚਾਹੀਦੀ, ਉਹਨਾਂ ਕਣਕਾਂ 'ਤੇ ਇਸ ਕੋਰੇ ਦਾ ਬੁਰਾ ਅਸਰ ਪੈ ਸਕਦਾ ਜੀ। ਅਤੇ ਬਰਸੀਮ ਖਾਸ ਕਰਕੇ ਜਿਹੜੇ ਬਰਸੀਮ ਹੈਗੇ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਹੁਣ ਪਾਣੀ ਲੱਗਣਾ ਬਹੁਤ ਜ਼ਰੂਰੀ ਹੈ, ਅਗਰ ਆਪਾਂ ਪਾਣੀ ਨਹੀਂ ਲਾਵਾਂਗਾ ਇਹ ਤਾਂ ਬਰਸੀਮ ਦੇ ਉੱਪਰੋਂ ਪੱਤੇ ਸੜਨ ਵੀ ਲੱਗ ਜਾਣਗੇ, ਮੱਚਣ ਲੱਗ ਜਾਣਗੇ ਪੱਤੇ ਉਹਦੇ ਕੋਰੇ ਦੇ ਨਾਲ, ਅਤੇ ਬਰਸੀਮ ਜਿਹੜਾ ਹੈਗਾ ਗਰੋਥ ਨਹੀਂ ਕਰ ਸਕੂਗਾ, ਉੱਥੇ ਹੀ ਖੜ ਜੂਗਾ ਹੁਣ ਫਿਰ ਉਹ। ਇਸ ਕਰਕੇ ਪਾਣੀ ਦਾ ਆਪਾਂ ਨੇ ਹੁਣ ਖਾਸ ਖਿਆਲ ਰੱਖਣਾ ਜੀ ਜਦੋਂ ਕੋਰਾ ਪੈਣ ਲੱਗ ਜਾਵੇ, ਅਤੇ ਬਰਸੀਮ ਤੋਂ ਬਿਨਾਂ ਬਾਕੀ ਜਿਹੜੀਆਂ ਕੋਈ ਸਬਜ਼ੀਆਂ ਲਾਈਆਂ ਹੋਈਆਂ ਨੇ ਕਿਸੇ ਵੀਰ ਨੇ ਅਤੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਇਸ ਚੀਜ਼ ਦਾ ਕਿ ਜੇ ਛੋਟੀਆਂ ਵੇਲਾਂ ਹੈਗੀਆਂ ਨੇ ਅਜੇ ਤਾਂ ਆਪਾਂ ਨੂੰ ਉਹਨਾਂ ਨੂੰ ਬਚਾਉਣਾ ਪਊਗਾ, ਉੱਪਰੋਂ ਸਿਉੜਾ ਕਰਨਾ ਪਊਗਾ, ਉੱਪਰੋਂ ਕੋਈ ਵੀ ਚੀਜ਼ ਜਿਵੇਂ ਆਪਾਂ ਪਰਾਲੀ ਦੇ ਕਰਚੇ ਹੁੰਦੇ ਆ ਜਾਂ ਹੋਰ ਸਰਾਕੜਾ ਟਾਈਪ ਜਿਹੜਾ ਹੁੰਦਾ ਉਹਦੇ ਨਾਲ ਕੁਛ ਕੁ ਵੀਰ ਤਾਂ ਪਹਿਲਾਂ ਹੀ ਉਸ ਹਿਸਾਬ ਨਾਲ ਉੱਪਰ ਉਹਦੇ ਟੇਢੇ ਕਰਕੇ ਸਿਉੜਾ ਕਰ ਦਿੰਦੇ ਨੇ ਕਿ ਦਿਨ ਦੇ ਟਾਈਮ ਉਹਨਾਂ ਨੂੰ ਧੁੱਪ ਲੱਗੇ ਅਤੇ ਕੋਰਾ ਜਿਹੜਾ ਹੈਗਾ ਉਹਨਾਂ ਦੇ ਉੱਪਰ ਸਿੱਧਾ ਮਾਰ ਨਾ ਕਰੇ, ਅਤੇ ਨਹੀਂ ਤਾਂ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਪਾਣੀ ਵੀ ਕਾਫੀ ਹੱਦ ਤੱਕ ਕੋਰੇ ਤੋਂ ਬਚਾ ਦਿੰਦਾ, ਅਤੇ ਛੋਟੀਆਂ ਵੇਲਾਂ ਨੂੰ ਜ਼ਰੂਰੀ ਹੈ ਵੀ ਆਪਾਂ ਉੱਪਰੋਂ ਢੱਕੀਏ, ਉੱਪਰ ਉਹਨਾਂ ਦੇ ਸਿੱਧਾ ਪੱਤਿਆਂ ਦੇ ਉੱਪਰ ਕੋਰਾ ਇਹ ਨਾ ਪਵੇ। ਅਤੇ ਐਂਡ ਦੇ ਵਿੱਚ ਆਪਾਂ ਇਹ ਇੱਕੋ ਗੱਲ ਦੇ ਵਿੱਚ ਗੱਲ ਮੁਕਾ ਸਕਦੇ ਹਾਂ ਵੀ ਅਗਰ ਜ਼ਮੀਨ ਨੀਚੇ ਤੋਂ ਖੁਸ਼ਕ ਹੈ ਅਤੇ ਉੱਤੋਂ ਕੋਰਾ ਪੈ ਰਿਹਾ ਤਾਂ ਉਸ ਫਸਲ ਨੂੰ ਪਾਣੀ ਜ਼ਰੂਰੀ ਹੈ, ਪਾਣੀ ਆਪਾਂ ਨੂੰ ਲਾਉਣਾ ਚਾਹੀਦਾ ਉਹਨੂੰ, ਨਹੀਂ ਤਾਂ ਇਹ ਕੋਰਾ ਨੁਕਸਾਨ ਕਰੂਗਾ ਫਸਲ ਦਾ, ਫਿਰ ਭਾਵੇਂ ਜਿਹੜੀ ਮਰਜ਼ੀ ਫਸਲ ਹੋਵੇ ਉਹ। ਅਤੇ ਇੱਕ ਮੈਂ ਜੇ ਗੱਲ ਕਰਨੀ ਹੈ ਵੀ ਜਿਹੜੀਆਂ ਹੁਣ ਕਣਕਾਂ ਬੀਜੀਆਂ ਜਾ ਰਹੀਆਂ ਨੇ ਜਿਹੜੇ ਵੀਰ ਪਛੇਤੀਆਂ ਆਲੂ ਵਗੈਰਾ ਪੁੱਟ ਕੇ ਜਾਂ ਹੋਰ ਕਿਸੇ ਕਾਰਨ ਵਸ਼ ਪਛੇਤੀ ਹੋ ਰਹੀ ਹੈ ਜਿਨ੍ਹਾਂ ਦੀ ਕਣਕ, ਉਹਨਾਂ ਵਾਸਤੇ ਦੇਖੋ ਜਿਨ੍ਹਾਂ ਨੇ ਅਜੇ ਕਣਕ ਬੀਜਣੀ ਹੈ ਤਾਂ ਉਹ ਕੋਸ਼ਿਸ਼ ਇਹ ਕਰਨ ਕਿ ਹੁਣ ਆਪਣੀ, ਮੈਂ ਇੱਕ ਗੱਲ ਇੱਥੇ ਪਹਿਲਾਂ ਕਲੀਅਰ ਕਰ ਦੇਵਾਂ ਕਿ ਮੈਂ ਸਾਡੀਆਂ ਜ਼ਮੀਨਾਂ ਦੇ ਹਿਸਾਬ ਨਾਲ ਦੱਸ ਰਿਹਾ ਇਹ ਚੀਜ਼ਾਂ, ਜਿਹੜੀਆਂ ਟਾਕਰ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਨਾਲ ਬਿਜਾਈ ਹੁੰਦੀ ਹੈ, ਬਾਕੀ ਰੇਤਲੀਆਂ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਅਗਰ ਤੁਹਾਡੇ ਤਜਰਬੇ ਨਾਲ ਤੁਸੀਂ ਸ਼ੇਅਰ ਕਰੋ ਅਤੇ ਉਹ ਅਗਰ ਦੂਜੇ ਤਰੀਕੇ ਨਾਲ ਠੀਕ ਰਹੂਗੀ ਤਾਂ ਉਹ ਦੱਸ ਸਕਦੇ ਨੇ ਵੀਰ,
ਅਤੇ ਡਾਕਰ ਜ਼ਮੀਨਾਂ ਦੇ ਵਿੱਚ, ਭਾਰੀਆਂ ਜ਼ਮੀਨਾਂ ਦੇ ਵਿੱਚ ਕੋਸ਼ਿਸ਼ ਆਪਾਂ ਇਹ ਕਰੀਏ ਕਿ ਹੁਣ ਆਪਾਂ ਰੋਟਾਵੇਟਰ ਦੇ ਨਾਲ ਬਿਜਾਈ ਕਰੀਏ ਕਣਕ ਦੀ, ਕਿਉਂਕਿ ਜਿਉਂ ਆਪਾਂ ਜੀਰੋ ਡਰਿੱਲ ਜਾਂ ਹੋਰ ਕਿਸੇ ਦੂਜੀ ਡਰਿੱਲ ਦੇ ਨਾਲ ਜਾਂ ਸੁਪਰ ਸੀਡਰ ਦੇ ਨਾਲ ਬਿਜਾਈ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪਹਿਲੀ ਗੱਲ ਤਾਂ ਬੀਜ ਬਹੁਤ ਡੂੰਘਾ ਚਲਾ ਜਾਊਗਾ ਜੀ, ਹਰੇ ਹੋਣ ਦੇ ਵਿੱਚ ਕਾਫੀ ਦਿੱਕਤ ਆਊਗੀ ਕਣਕ ਨੂੰ। ਤੇ ਦੂਜੀ ਗੱਲ ਉਹਦੇ ਨਾਲ ਇਹ ਵੀ ਹੋ ਜਾਂਦੀ ਹੈ ਕਿ ਆਪਾਂ ਨੇ ਜਿਹੜਾ ਬੀਜ ਹੈਗਾ ਉਹ ਬੀਜਣਾ ਭਿਉਂ ਕੇ, ਹੁਣ ਘੱਟੋ ਘੱਟ ਆਪਾਂ ਇੱਕ ਰਾਤ ਬੀਜ ਨੂੰ ਭਿਉਂ ਲਈਏ ਤੇ ਦੂਜੇ ਦਿਨ ਨੂੰ ਆਪਾਂ ਉਹਨੂੰ ਘੰਟਾ ਡੇਢ ਘੰਟਾ ਪਤਲੀ ਤਹਿ ਬਣਾ ਕੇ ਛਾਵੇਂ ਸੁਕਾ ਲਈਏ ਜਾਂ ਪੱਖੇ ਦੇ ਹੇਠ ਵੀ ਰੱਖ ਸਕਦੇ ਹਾਂ। ਤੇ ਉਸ ਤੋਂ ਬਾਅਦ ਜਦੋਂ ਕੱਲਾ ਕੱਲਾ ਦਾਣਾ ਹੋ ਗਿਆ ਉਦੋਂ ਛੱਟਾ ਮਾਰਨਾ ਹੈ, ਤੇ ਜਦੋਂ ਤਾਂ ਛੱਟਾ ਮਾਰਨਾ ਹੈ ਕੋਈ ਦਿੱਕਤ ਨਹੀਂ, ਪਰ ਜੇ ਆਪਾਂ ਉਹਨੂੰ ਮਸ਼ੀਨ ਵਿੱਚ ਦੀ ਬੀਜਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜੀਆਂ ਪਿਸਤੌਲਾਂ ਹੁੰਦੀਆਂ ਨੇ ਮਸ਼ੀਨ ਦੀਆਂ ਉਹਨਾਂ ਨਾਲ ਫਿਰ ਉਹ ਭਿੱਜੇ ਹੋਏ ਜ਼ਿਆਦਾ ਟਾਈਮ ਜਿਹੜੇ ਦਾਣੇ ਹੈ ਉਹ ਫਿੱਸ ਜਾਂਦੇ ਆ ਜੀ, ਤੇ ਜਰਮੀਨੇਸ਼ਨ ਉਹਨਾਂ ਦੀ ਨਹੀਂ ਹੁੰਦੀ ਫਿਰ ਪ੍ਰੋਪਰ ਜਿਹੜੀ ਹੈਗੀ ਹੈ। ਤੇ ਇਸ ਕਰਕੇ ਜੇ ਆਪਾਂ ਭਿਉਂ ਕੇ ਇੱਕ ਰਾਤ ਕਣਕ ਨੂੰ ਬੀਜਾਂਗੇ ਤੇ ਆਪਾਂ ਬਿਨਾਂ ਭਿਉਂਤੀ ਬੀਜਾਂਗੇ ਤਾਂ ਘੱਟੋ ਘੱਟ 4-5 ਦਿਨ ਦਾ ਫਰਕ ਪੈ ਜਾਊਗਾ ਜਰਮੀਨੇਸ਼ਨ ਦੇ ਵਿੱਚ, ਜਰਮੀਨੇਟ ਹੋਣ ਦੇ ਵਿੱਚ, ਹਰੇ ਹੋਣ ਦੇ ਵਿੱਚ 4-5 ਦਿਨ ਦਾ ਘੱਟੋ ਘੱਟ ਫਰਕ ਪਊਗਾ ਜੀ ਉਹਨੂੰ। ਤੇ ਉਸ ਤੋਂ ਬਾਅਦ ਆਪਾਂ ਨੇ ਭਿਉਂ ਕੇ ਜੀ ਜ਼ਮੀਨ ਦੇ ਵਿੱਚ ਛੱਟਾ ਮਾਰ ਕੇ ਤੇ ਉਸ ਤੋਂ ਬਾਅਦ ਆਪਾਂ ਨੇ ਰੋਟਾਵੇਟਰ ਫੇਰਨਾ ਹੁੰਦਾ ਹੈ। ਇੱਕੋ ਵਾਰ ਰੋਟਾਵੇਟਰ ਫੇਰਿਆ ਬਹੁਤ ਹੈ ਕਿਉਂਕਿ ਜ਼ਮੀਨ ਨਾ ਹੁਣ ਤਕਰੀਬਨ ਸਾਰਿਆਂ ਦੀਆਂ ਸਾਫ਼ ਹੀ ਨੇ ਜਿਹੜੀਆਂ ਹੁਣ ਕਣਕਾਂ ਬੀਜੀਆਂ ਜਾਣਗੀਆਂ, ਉਹਦੇ ਵਿੱਚ ਪਰਾਲੀ ਵਾਲੀ ਦਿੱਕਤ ਤਾਂ ਹੈ ਨਹੀਂ ਵੀ ਆਪਾਂ ਨੂੰ 2 ਵਾਰ ਰੋਟਾਵੇਟਰ ਫੇਰਨਾ ਦੀ ਲੋੜ ਪਵੇ। ਤੇ ਇੱਕ ਬੇਸਲ ਡੋਜ਼ ਦਾ ਖਾਸ ਖਿਆਲ ਰੱਖਿਆ ਜਾਵੇ ਵੀ ਸਾਰਾ ਕੁਛ ਹੀ ਆਪਾਂ ਨੇ ਜ਼ਮੀਨ ਦੇ ਵਿੱਚ ਇਦਾਂ ਹੀ ਛੱਟਾ ਮਾਰ ਕੇ ਉਸ ਤੋਂ ਬਾਅਦ ਰੋਟਾਵੇਟਰ ਫੇਰਨਾ ਹੈ। ਤੇ DAP ਜਿਹੜਾ ਹੈਗਾ ਜਿਵੇਂ ਇੱਕ ਗੱਟਾ ਆਪਾਂ DAP ਦਾ ਪਾ ਦਈਏ, ਇੱਕ ਗੱਟਾ ਸੁਪਰ ਦਾ ਪਾ ਸਕਦੇ ਹਾਂ ਤੇ ਨਾਲ ਪੋਟਾਸ਼ ਪਾ ਸਕਦੇ ਹਾਂ, ਜਿੰਕ ਪਾਉਣੀ ਹੈ ਜਿੰਕ ਵੀ ਪਾ ਲਈਏ ਤੇ ਯੂਰੀਆ ਵੀ ਜ਼ਰੂਰੀ ਹੈ। ਜਦੋਂ ਯੂਰੀਆ ਵੀ ਨਾਲ ਹੇਠਾਂ ਪਈ ਹੁੰਦੀ ਹੈ ਤਾਂ ਜਰਮੀਨੇਟ ਹੋਣ ਦੇ ਵਿੱਚ ਜ਼ਿਆਦਾ ਆਸਾਨੀ ਹੁੰਦੀ ਹੈ ਜੀ, ਜਲਦੀ ਜਰਮੀਨੇਟ ਹੁੰਦੀ ਹੈ ਕਣਕ ਆਪਣੀ। ਤੇ ਇੱਕ ਆਪਾਂ ਨੇ ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਵੀ ਜਦੋਂ ਤਾਂ ਹੁੰਦੀ ਹੈ ਅਗੇਤੀ ਕਣਕ, ਜਿਹੜੀਆਂ ਅਗੇਤੀਆਂ ਆਪਾਂ ਕਣਕਾਂ ਬੀਜੀਆਂ ਨੇ ਉਹ ਜਦੋਂ ਤੋਂ ਆਪਾਂ ਕਣਕ ਬੀਜ ਦਿੰਦੇ ਹਾਂ ਉਸ ਤੋਂ ਬਾਅਦ ਆਪਾਂ ਉਹਨਾਂ ਦੀ ਦਿਨਾਂ ਦੀ ਗਿਣਤੀ ਸ਼ੁਰੂ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਕਿਉਂਕਿ 4-5 ਦਿਨਾਂ ਦੇ ਵਿੱਚ ਕਣਕ ਸਾਰੀ ਦੀ ਸਾਰੀ ਬਾਹਰ ਆ ਜਾਂਦੀ ਹੈ। ਤੇ ਤੀਜੇ ਇੱਕ ਦਿਨ ਜਿਹੜੀ ਹੇਠਾਂ ਤੋਂ ਤੂਈ ਮਾਰਨੀ ਕਹਿ ਦਿੰਦੇ ਆਪਾਂ ਵੀ ਫੁੱਟ ਆਉਂਦੀ ਹੈ, ਅੰਕੁਰਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਇਸ ਕਰਕੇ ਉਸ ਦਿਨ ਤੋਂ ਲੈ ਕੇ ਜਦੋਂ ਆਪਾਂ ਬੀਜੀ ਹੈ ਤੇ ਆਪਾਂ ਦਿਨਾਂ ਦੀ ਗਿਣਤੀ ਕਰਕੇ ਦੇਖ ਲੈਂਦੇ ਹਾਂ ਕਿ ਜੀ ਹਾਂ ਹੁਣ 25 ਦਿਨਾਂ ਦੀ ਹੋ ਗਈ ਜਾਂ ਹੁਣ 30 ਦਿਨਾਂ ਦੀ ਹੋ ਗਈ, ਤੇ ਜੋ ਵੀ ਆਪਾਂ ਨੇ ਉਨੇ ਦਿਨਾਂ ਤੇ ਕੰਮ ਕੋਈ ਕਰਨਾ ਹੁੰਦਾ ਤਾਂ ਆਪਾਂ ਉਹ ਕਰ ਸਕਦੇ ਹਾਂ। ਪਰ ਜਿਹੜੀਆਂ ਹੁਣ ਕਣਕਾਂ ਬੀਜੀਆਂ ਜਾਣਗੀਆਂ ਉਹਨਾਂ ਦੀ ਗਿਣਤੀ ਦਿਨਾਂ ਦੀ ਆਪਾਂ ਨੇ ਉਸ ਟਾਈਮ ਤੋਂ ਨਹੀਂ ਕਰਨੀ ਹੈਗੀ ਜਿੱਦਾਂ ਬੀਜਤੀ, ਕਿਉਂਕਿ ਹੁਣ ਘੱਟੋ ਘੱਟ ਜੀ 10 ਤੋਂ ਲੈ ਕੇ 15 ਦਿਨ ਤੱਕ ਕਣਕ ਲੈਂਦੀ ਆ ਹਰੇ ਹੋਣ ਨੂੰ, ਤੇ ਆਪਾਂ ਨੇ ਉਹੀ ਜਿੰਨਾ ਹਫ਼ਤਾ ਜਾਂ 10 ਦਿਨ ਜਿੰਨੇ ਵੀ ਦਿਨ ਜ਼ਿਆਦਾ ਲੈਂਦੀ ਆ ਹਰੇ ਹੋਣ ਨੂੰ ਉਹ ਦਿਨ ਆਪਾਂ ਨੇ ਉਹਦੇ ਵਿੱਚੋਂ ਘਟਾ ਲੈਣੇ ਨੇ। ਇਹ ਨਹੀਂ ਹੋਣਾ ਚਾਹੀਦਾ ਵੀ ਆਪਾਂ ਜਦੋਂ ਤੋਂ ਕਣਕ ਬੀਜਤੀ ਤੇ ਕਿਉਂਕਿ 15 ਦਿਨਾਂ ਤਾਂ ਉਹਨੂੰ ਹਰੇ ਹੋਣ ਨੂੰ ਲੱਗ ਜਾਣੇ ਆ, ਤੇ ਉਸ ਤੋਂ ਅਗਲੇ 10 ਦਿਨਾਂ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਇਹ 25 ਦਿਨਾਂ ਦੀ ਕਣਕ ਹੋ ਗਈ ਜਾਂ ਇਹ 30 ਦਿਨਾਂ ਦੀ ਹੋ ਗਈ। ਇਸ ਚੀਜ਼ ਦਾ ਆਪਾਂ ਨੇ ਖਾਸ ਖਿਆਲ ਰੱਖਣਾ ਹੈ ਜੀ, ਖਾਸ ਕਰਕੇ ਜਿਹੜੀ ਆਪਣੀ ਨਦੀਨ ਨਾਸ਼ਕ ਆਪਾਂ ਨੇ ਸਪਰੇਅ ਕਰਨਾ ਹੁੰਦਾ ਹੈ, ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਨੇ ਇਹ ਚੀਜ਼ ਸੁਣੀ ਹੋਈ ਹੈ ਜੀ ਵੀ 25 ਦਿਨਾਂ ਬਾਅਦ ਆਪਾਂ ਇਹ ਸਪਰੇਅ ਕਰ ਸਕਦੇ ਹਾਂ ਜਾਂ 30 ਦਿਨਾਂ ਬਾਅਦ ਜਾਂ 35 ਦਿਨਾਂ ਬਾਅਦ ਕਰ ਸਕਦੇ ਹਾਂ, ਪਰ ਉਹ ਸਥਿਤੀਆਂ ਦਾ ਜਿਹੜਾ ਹੈਗਾ ਉਹ ਫਰਕ ਪੈ ਜਾਂਦਾ ਹੈ। ਇਹ ਚੀਜ਼ ਨੂੰ ਆਪਾਂ ਨੇ ਖਾਸ ਖਿਆਲ ਦੇ ਵਿੱਚ ਰੱਖਣਾ ਹੈ, ਖਾਸ ਕਰਕੇ ਇਹੀ ਜਿਹੜੀ ਆਪਾਂ ਤੁਹਾਨੂੰ ਗੱਲ ਕੀਤੀ ਹੈ ਵੀ ਨਦੀਨ ਨਾਸ਼ਕ ਵਾਸਤੇ, ਹੈ ਨਾ ਜੀ। ਤੇ ਜਿਹੜੀਆਂ ਬਹੁਤੀਆਂ ਜ਼ਿਆਦਾ ਅਗੇਤੀਆਂ ਕਣਕਾਂ ਬੀਜੀਆਂ ਹੋਈਆਂ ਨੇ ਕਿਸਾਨ ਵੀਰਾਂ ਨੇ ਤਾਂ ਉਹ ਇਸ ਚੀਜ਼ ਦਾ ਹੁਣ ਖਾਸ ਖਿਆਲ ਰੱਖਣ ਕਿ ਕਣਕ ਜਿਹੜੀ ਹੈਗੀ ਹੈ ਨਾਲੀ ਨਾ ਚੜ੍ਹੇ, ਡੰਡੀ ਜਿਹਨੂੰ ਆਪਾਂ ਚੜ੍ਹਨਾ ਕਹਿ ਦਿੰਦੇ ਹਾਂ ਵੀ ਨਾਲੀ ਬਣਾਉਣੀ ਸ਼ੁਰੂ ਹੋ ਜਾਂਦੀ ਹੈ, ਗੰਢਾਂ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਕਣਕ, ਉਹ ਚੀਜ਼ ਅਜੇ ਨਹੀਂ ਹੋਣੀ ਚਾਹੀਦੀ। ਅਗਰ ਕੋਈ ਕਣਕ ਨੂੰ ਇਦਾਂ ਦੀ ਦਿੱਕਤ ਆਉਂਦੀ ਹੈ ਤਾਂ ਫਿਰ ਉਹਨੂੰ ਆਪਾਂ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ, ਹਫ਼ਤੇ ਹਫ਼ਤੇ ਬਾਅਦ ਕਹਿ ਸਕਦੇ ਹਾਂ ਆਪਾਂ ਕੋਈ ਤਾਕਤ ਵਾਲੀ ਸਪਰੇਅ ਕਰ ਸਕਦੇ ਹਾਂ ਜਾਂ ਆਪਾਂ ਉਦਾਂ ਖੁਰਾਕ ਜਿਹੜੀ ਹੈਗੀ ਹੈ ਉਹ ਦੇ ਸਕਦੇ ਹਾਂ ਉਹਦੇ ਨਾਲ, ਤੇ ਕਣਕ ਵਾਧੇ ਵੱਲ ਨੂੰ ਪੈ ਜਾਂਦੀ ਹੈ ਤੇ ਨਾਲੀ ਦੇ ਵੱਲ ਨੂੰ ਨਹੀਂ ਚੜ੍ਹਦੀ ਹੈਗੀ। ਤੇ ਜਾਂ ਫਿਰ ਲੀਹੋਸਿਨ ਦਾ ਜਿਹੜੇ ਆ ਕਣਕਾਂ ਨੂੰ ਆਪਾਂ ਨੇ ਸਪਰੇਅ ਕਰਨਾ ਜਿਹੜੀਆਂ ਵਰਾਈਟੀਆਂ ਨੂੰ ਤਾਂ ਲੀਹੋਸਿਨ ਦਾ ਸਪਰੇਅ ਵੀ ਇਸ ਚੀਜ਼ ਤੋਂ ਬਚਾਉਂਦਾ ਹੈ, ਉਹ ਵੀ ਜਲਦੀ ਨਾਲੀ ਚੜ੍ਹਨ ਨਹੀਂ ਦਿੰਦਾ ਕਣਕ ਨੂੰ, ਉਹ ਵੀ ਫਟਾਰੇ ਵੱਲ ਪਾ ਦੂਗਾ ਜੀ ਕਣਕ ਨੂੰ। ਤੇ ਇੱਕ ਵਾਰ ਲਾਸਟ ਤੇ ਫਿਰ ਮੈਂ ਇਹੀ ਅਪੀਲ ਕਰਾਂਗਾ ਕਿ ਵੀਡੀਓ ਨੂੰ ਭਾਵੇਂ ਉਹ ਆਪਣੇ ਚੈਨਲ ਦੀ ਹੋਵੇ ਜਾਂ ਕਿਸੇ ਹੋਰ ਚੈਨਲ ਦੀ ਹੋਵੇ,
ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੀ, ਧਿਆਨ ਨਾਲ ਸੁਣਿਆ ਕਰੋ ਕਿ ਅਗਲਾ ਕਹਿਣਾ ਕੀ ਚਾਹ ਰਿਹਾ ਹੈ। ਕਈ ਵਾਰੀ ਆਪਾਂ ਨੂੰ ਉੱਦਾਂ ਵੀ ਗਲਤ ਫਹਿਮੀ ਹੋ ਜਾਂਦੀ ਹੈ, ਬੰਦਾ ਕਹਿਣਾ ਕੁਛ ਹੋਰ ਚਾਹੁੰਦਾ ਹੁੰਦਾ ਅਤੇ ਆਪਾਂ ਪੂਰੀ ਗੱਲਬਾਤ ਸੁਣੇ ਤੋਂ ਬਿਨਾਂ ਹੀ ਆਪਾਂ ਕੁਐਸਚਨਿੰਗ ਹੇਠਾਂ ਜਾਂ ਆਪਾਂ ਆਲੋਚਨਾ ਕਹਿ ਦਈਏ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇਹ ਆਪਣਾ ਤਰੀਕਾ ਠੀਕ ਨਹੀਂ ਹੈਗਾ, ਇਸ ਨੂੰ ਆਪਾਂ ਨੂੰ ਬਦਲਣਾ ਚਾਹੀਦਾ ਜੀ। ਸੋ ਠੀਕ ਹੈ ਜੀ ਕਿਸਾਨ ਵੀਰੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀਆਂ ਕੀ ਗੱਲਾਂ ਕਰਨੀਆਂ ਸੀਗੀਆਂ, ਅਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।